हेलो दोस्तों, अज तुहानू इस वीडियो विच दसांगे हरजीत बराड़ दी बायोग्राफी दे बारे। हरजीत बराड़ दे जन्म, पिंड, परिवार, विदेशी टूर ते कबड्डी दे पूरे कैरियर ते चानना पावांगे। पर वीडियो शुरू करन तो पहला तुहानू सबनू एक प्यारी जी बेनती है कि जेकर तुसी ने साडा यूट्यूब चैनल सबसक्राइब नहीं कीता तां चैनल नू सबसक्राइब कर लो ते नाल ही बने बैल दे आइकन ते क्लिक करो, जिस नाल तुहानू आउण वालियां नवीं वीडियो दा नोटिफिकेशन सब तो पहला मिल सके। तां वीडियो शुरू करदे हां। हरजीत सिंह बराड़ जानी के हरजीत बराड़ दा जन्म 5 सितंबर 1971 नूं पिंड वाजा खाना जिला फरीदकोट पंजाब विच होया सी। हरजीत बराड़ नूं कबड्डी दा ध्रुव तारा भी आख्या जांदा है ते अज भी कबड्डी विच हरजीत बराड़ दे नां दी तूती बोलदी। हरजीत बराड़ दा बचपन तों ही इक तकड़े अते सेहतमंद शरीर दा मालक सी ਅਤੇ ਸਕੂਲ ਟਾਈਮ ਤੋਂ ਹੀ ਉਹ ਉੱਚੇ ਲੰਮੇ ਕੱਦ ਅਤੇ ਸੋਹਣੇ ਸਰੀਰ ਕਰਕੇ ਕਬੱਡੀ ਵਿੱਚ ਇੱਕ ਵਧੀਆ ਖਿਡਾਰੀ ਉੱਭਰ ਕੇ ਸਾਹਮਣੇ ਆਇਆ, ਕਿਉਂਕਿ ਉਸ ਸਮੇਂ ਵੀ ਕਬੱਡੀ ਦਾ ਕਰੇਜ਼ ਪੰਜਾਬ ਅਤੇ ਪਾਕਿਸਤਾਨ ਦੇ ਲੋਕਾਂ ਦੇ ਸਿਰ ਚੜ੍ਹ ਬੋਲਦਾ ਸੀ, ਜਿਸ ਕਰਕੇ ਕਬੱਡੀ ਲੋਕਾਂ ਦੀ ਹਰਮਨ ਪਿਆਰੀ ਖੇਡ ਬਣੀ ਸੀ। ਇਸ ਲਈ ਹਰਜੀਤ ਬਰਾੜ ਦੇ ਪਿਤਾ ਨੇ ਉਸ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕੀਤਾ ਸੀ ਅਤੇ ਹਰਜੀਤ ਬਰਾੜ ਨੇ ਸਥਾਨਕ ਮੁਕਾਬਲਿਆਂ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਸਨੇ ਜੋ ਗੇਮ ਖੇਡਿਆ ਉਸ ਦੀ ਹਾਜ਼ਰੀ ਮਹਿਸੂਸ ਹੋਣ ਲੱਗੀ, ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਕਿ ਉਸ ਬਿਨਾਂ ਟੀਮ ਦਾ ਜਿੱਤਣਾ ਮੁਸ਼ਕਲ ਹੋਣ ਬਰਾਬਰ ਸੀ। ਜਦੋਂ ਹਰਜੀਤ ਬਰਾੜ 8ਵੀਂ ਜਮਾਤ ਵਿੱਚ ਸੀ ਤਾਂ ਉਸਨੇ ਗੁਹਾਟੀ ਵਿੱਚ ਮਿੰਨੀ ਗੇਮਾਂ ਵਿੱਚ ਹਿੱਸਾ ਲਿਆ ਅਤੇ ਟੂਰਨਾਮੈਂਟ ਜਿੱਤਿਆ। ਖੇਡ ਵਿੱਚ ਆਪਣਾ ਪੱਕਾ ਇਰਾਦਾ ਅਤੇ ਪਕੜ ਦੇਖਦਿਆਂ ਉਸ ਨੂੰ ਸਪੋਰਟਸ ਕਾਲਜ ਜਲੰਧਰ ਪੰਜਾਬ ਵਿੱਚ ਦਾਖਲਾ ਮਿਲ ਗਿਆ ਸੀ ਅਤੇ ਇਹ ਉਹ ਸਮਾਂ ਸੀ ਜਿੱਥੋਂ ਹਰਜੀਤ ਬਰਾੜ ਦੇ ਕਬੱਡੀ ਦੇ ਕੈਰੀਅਰ ਦੀ ਸ਼ੁਰੂਆਤ ਹੋਈ। ਹਰਜੀਤ ਬਰਾੜ ਦੀ ਫੈਮਿਲੀ ਵਿੱਚ ਉਸਦੇ ਮਾਤਾ ਪਿਤਾ ਪਿਤਾ ਬਖਸੀਸ ਸਿੰਘ ਬਰਾੜ ਅਤੇ ਹਰਜੀਤ ਬਰਾੜ ਦੀ ਪਤਨੀ ਨਰਿੰਦਰਜੀਤ ਕੌਰ ਬਰਾੜ ਅਤੇ ਹਰਜੀਤ ਬਰਾੜ ਦੀ ਇੱਕ ਬੇਟੀ ਗਗਨ ਹਰਜੀਤ ਕੌਰ ਬਰਾੜ ਸ਼ਾਮਲ ਸਨ। ਹਰਜੀਤ ਬਰਾੜ ਨੇ 1994 ਵਿੱਚ ਆਪਣਾ ਅੰਤਰਰਾਸ਼ਟਰੀ ਕੈਰੀਅਰ ਸ਼ੁਰੂ ਕੀਤਾ ਜਦੋਂ ਉਹ ਪਹਿਲੀ ਵਾਰ ਕੈਨੇਡਾ ਖੇਡਣ ਗਿਆ ਸੀ। ਵਿਰੋਧੀਆਂ ਖਿਲਾਫ ਖੇਡਣ ਤੋਂ ਬਾਅਦ ਹਰਜੀਤ ਬਰਾੜ ਦੀ ਗੇਮ ਨੇ ਦੁਨੀਆ ਨੂੰ ਆਪਣੀ ਗੇਮ ਦਾ ਦੀਵਾਨਾ ਬਣਾ ਦਿੱਤਾ ਸੀ, ਜਿੱਥੋਂ ਹਰਜੀਤ ਬਰਾੜ ਦਾ ਨਾਮ ਬੱਚੇ ਬੱਚੇ ਦੇ ਮੂੰਹ ਚੜ੍ਹ ਗਿਆ ਸੀ। ਸੰਨ 1996 ਦੇ ਵਰਲਡ ਕੱਪ ਦੇ ਫਾਈਨਲ ਦੌਰਾਨ 1 ਲੱਖ ਰੁਪਏ ਦੀ ਨਾਮੀ ਰਾਸ਼ੀ ਹਰਜੀਤ ਬਰਾੜ ਨੂੰ ਬੈਸਟ ਰੇਡਰ ਵਜੋਂ ਦਿੱਤੀ ਗਈ ਸੀ। ਇੱਕ ਵਾਰ ਕੈਨੇਡਾ ਵਿੱਚ ਹਰਜੀਤ ਬਰਾੜ ਦੀ ਇੱਕ ਰੇਡ 'ਤੇ $35,000 ਦੀ ਸ਼ਰਤ ਲੱਗੀ ਸੀ, ਜਾਣੀ ਕਿ ਇੰਡੀਆ ਦੇ ਹਿਸਾਬ ਨਾਲ ਉਸ ਸਮੇਂ ਦੇ 10 ਤੋਂ 15 ਲੱਖ ਰੁਪਏ। 13 ਅਪ੍ਰੈਲ 1998 ਨੂੰ ਹਰਜੀਤ ਬਰਾੜ ਬਾਜਾ ਖਾਨਾ ਦੇ ਨਾਲ ਤਿੰਨ ਹੋਰ ਪ੍ਰਮੁੱਖ ਖਿਡਾਰੀ ਤਲਵਾਰ, ਕੇਵਲ ਲੋਪੋਂਕੇ ਅਤੇ ਕੇਵਲ ਸੇਖਾ ਸਮੇਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸਿੱਧਵਾਂ ਕਲਾਂ ਦੇ ਸੁਖਚੈਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਨੂੰ PGI ਉਹਨਾਂ ਦੇ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ। ਉਹਨਾਂ ਦੇ ਪਰਿਵਾਰ ਦੇ ਅਨੁਸਾਰ ਵਿਦੇਸ਼ਾਂ ਵਿੱਚ ਆਪਣੀ ਯਾਤਰਾ ਲਈ ਵੀਜ਼ਾ ਲੈਣ ਲਈ ਨਵੀਂ ਦਿੱਲੀ ਜਾ ਰਹੇ ਸਨ। ਉਹ ਇੱਕ ਜਿਪਸੀ ਵਿੱਚ ਖਰੜ ਮੋਰਿੰਡਾ ਨੈਸ਼ਨਲ ਹਾਈਵੇ 'ਤੇ ਜਾ ਰਹੇ ਸਨ ਅਤੇ ਇਹ ਹਾਦਸਾ ਮੋਰਿੰਡਾ ਕਸਬੇ ਦੇ ਨੇੜੇ ਵਾਪਰਿਆ ਜਦੋਂ ਇੱਕ ਟਰੱਕ ਨਾਲ ਜਿਪਸੀ ਦੀ ਟੱਕਰ ਹੋਈ ਸੀ, ਜਿਸ ਵਿੱਚ 4 ਕਬੱਡੀ ਦੇ ਪਲੇਅਰਾਂ ਦੀ ਮੌਤ ਹੋ ਗਈ ਸੀ ਅਤੇ ਹਾਦਸੇ ਤੋਂ ਬਾਅਦ ਉਹਨਾਂ ਨੂੰ ਖਰੜ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਪੋਸਟਮਾਰਟਮ ਦੀ ਜਾਂਚ ਤੋਂ ਬਾਅਦ ਉਹਨਾਂ ਦੇ ਸਰੀਰ ਉਹਨਾਂ ਦੀ ਫੈਮਿਲੀ ਅਤੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਸੀ। ਹਰਜੀਤ ਬਰਾੜ ਦੀ ਮੌਤ ਨੇ ਅਚਾਨਕ ਇੱਕ ਯੁੱਗ ਦਾ ਅੰਤ ਲਿਆ। ਹਰਜੀਤ ਬਰਾੜ ਬਾਜਾ ਖਾਨਾ ਨੂੰ ਜਿੰਨੀ ਸ਼ੌਹਰਤ ਕਬੱਡੀ ਨੇ ਦਿੱਤੀ ਉਨੀ ਅੱਜ ਤੱਕ ਕਿਸੇ ਖਿਡਾਰੀ ਨੂੰ ਵੀ ਨਹੀਂ ਮਿਲੀ ਹੋਣੀ। ਹਰਜੀਤ ਬਰਾੜ ਆਪਣੀ ਮੌਤ ਤੋਂ ਬਾਅਦ ਵੀ ਲੋਕਾਂ ਵਿੱਚ ਲੋਕਪ੍ਰਿਯ ਪ੍ਰਸਿੱਧੀ ਅਤੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਰਾਜ ਕਰ ਰਿਹਾ ਹੈ।